ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਆਹ ਦੇਖੋ ਕਰਤੂਤ ਦਿਖਾਉਂਦਾ ਜਥੇਬੰਦੀ ਪ੍ਰਧਾਨ ਦੀ, ਮਹਿੰਦਰ ਸਿੰਘ ਜੀ ਦਾ ਸਿੰਘ ਜੀ। ਆਹ ਦੇਖੋ ਦੋ ਜਿੰਦੇ ਲਾਏ ਪਏ, ਅੱਜ ਸੱਤਵਾਂ ਦਿਨ ਹੈਗਾ। ਆਹ ਦੇਖੋ ਅੱਜ ਸੱਤਵਾਂ ਦਿਨ ਹੈਗਾ, ਮੋਟਰ ਸੱਤ ਦਿਨ ਹੋ ਗਏ ਚੱਲੀ ਜਾਂਦੀ ਨੂੰ, ਮੇਰੀ ਸਾਰੀ ਫਸਲ ਮਰ ਗਈ। ਆਹ ਦੇਖੋ ਇਹ ਤਾਂ ਕਹਿੰਦਾ ਲੋਕਾਂ ਕੋਲ ਵੀ ਮੋਟਰ ਚੱਲਦੀ ਨੀ। ਆਹ ਦੇਖੋ, ਆਹ ਦੇਖੋ ਮੋਟਰ ਚੱਲਦੀ ਇੱਧਰ ਸੋਚੀ ਨੂੰ ਜਿੰਦਾ। ਆਹ ਦੇਖੋ, ਆਹ ਦੇਖੋ ਵਾਹਨ ਦਾ ਕੀ ਹਾਲ ਹੋਇਆ ਹੈਗਾ। ਅੱਜ ਸੱਤਵਾਂ ਦਿਨ ਹੈਗਾ। ਆਹ ਦੇਖੋ ਆਹ ਫੱਕ ਸੀ ਮੇਰੀ, ਆਹ ਫੱਕ ਹੈ, ਆਹ ਵਾਹਨ ਹੈ ਸਾਰਾ। ਆਹ ਦੇਖੋ ਕਿਹੜੇ ਲੋਟ ਭਰਿਆ ਪਿਆ। ਇਹ ਰਾਜ ਸਿੰਘ ਅਕਲੀਆ ਤੇ ਮਹਿੰਦਰ ਸਿੰਘ ਬਾਗਾ ਭੈਣੀ। ਅੱਜ ਬਾਈ ਜੀ ਇਕੱਠ ਕੀਤਾ ਸੀਗਾ ਚਾਰ ਜਥੇਬੰਦੀਆਂ ਦਾ, ਇਕੱਠ ਦੇ ਵਿੱਚ ਆਏ ਨੀ, ਜਵਾਬ ਦੇ ਕੇ ਕਹਿੰਦੇ ਵੀ ਅਸੀਂ ਤਾਂ ਇਕੱਠ ਚ ਜਾਂਦੇ ਹੀ ਨੀ, ਸਾਡਾ ਤਾਂ ਜਥੇਬੰਦੀ ਦਾ ਫੈਸਲਾ। ਦੱਸੋ ਵੀ ਇਹਨਾਂ ਦੀ ਕਿਹੜੀ ਜਥੇਬੰਦੀ ਦਾ ਫੈਸਲਾ ਹੈ। ਲੋਕਾਂ ਤੋਂ ਕਣਕਾਂ ਇਕੱਠੀਆਂ ਕਰ ਲੈਂਦੇ ਨੇ ਤੇ ਖਾ ਲੈਂਦੇ ਨੇ। ਅਰੇ ਬੁਰਾ ਹਾਲ ਹੈ ਬਾਈ ਜੀ, ਆਹ ਦੇਖੋ ਕੀ ਹਾਲ ਕੀਤਾ ਪਿਆ। ਮੇਰੀ ਮੋਟਰ ਇਕੱਲੇ ਦੀ ਹੈ, ਇਕੱਲੇ ਦੀ ਮੋਟਰ ਤੇ ਜਿੰਦਾ ਲਾ ਗਿਆ ਆ ਕੇ, ਤੇ ਮੇਰੀ ਕੋਈ ਸੁਣਵਾਈ ਨੀ ਕੀਤੀ। ਕਹਿੰਦਾ ਥਾਣੇ ਚ ਗੱਲ ਕਰਾਂਗੇ, ਥਾਣੇ ਚੋਂ ਚੰਡੀਗੜ੍ਹੋਂ ਦਰਖਾਸਤਾਂ ਆਈਆਂ ਪਈਆਂ ਨੇ, ਥਾਣੇ ਵਾਲੇ ਸਮਾਂ ਗੱਲ ਪੈਂਦੇ ਨੇ ਜਦੋਂ ਜਾਂਦੇ ਆ। ਕੋਈ ਸੁਣਵਾਈ ਨੀ ਕੀਤੀ, ਕੁਛ ਨੀ ਕੀਤਾ। ਆਹ ਦੇਖੋ ਕੀ ਹਾਲ ਆ, ਦੱਸੋ ਵੀ ਆਹ ਫੱਕ ਕਿਵੇਂ ਹੋਊਗੀ ਮੇਰੀ। ਰੂੜ ਕਿਲਾ ਵਾਹਣ ਦਾ ਉਹੀ ਮੇਰਾ ਸਾਰਾ ਭਰਿਆ ਪਿਆ। ਦੱਸੋ ਦੇਖੋ, ਆਹ ਦੇਖੋ ਜਿਹੜਾ ਪਾਣੀ ਖੜਾ, ਦੱਸੋ ਆਹ ਦੇਖੋ ਗੋਡੇ ਗੋਡੇ ਪਾਣੀ ਖੜਾ। ਅੱਜ ਸੱਤਵਾਂ ਦਿਨ ਹੋ ਗਿਆ ਜਿੰਦਾ ਲਾਏ ਨੂੰ, ਕਿਸੇ ਨੇ ਕਾਰਵਾਈ ਨੀ ਕੀਤੀ, ਕਿਸੇ ਨੇ ਸੁਣਵਾਈ ਨੀ ਕੀਤੀ। ਇਕੱਠ ਕੀਤਾ ਸੀਗਾ, ਇਕੱਠ ਦੇ ਵਿੱਚ ਅੱਜ ਆਇਆ ਨੀ। ਇਹਨਾਂ ਦੇ ਵੀ ਬੰਦੇ ਆਏ ਸੀ ਵਿਚਾਰੇ, ਐਵੇਂ ਕਹਿ ਦਈਏ, ਕਹਿੰਦੇ ਸੀ ਵੀ ਕੋਈ ਟਕਾ ਕਰਾਈਏ, ਉਹਨਾਂ ਦੀ ਵੀ ਨੀ ਕੋਈ ਸੁਣੀ। ਤੇ ਦੋ ਬੰਦੇ ਆਏ ਸੀ ਵਿਚਾਰੇ, ਉਹ ਵੀ ਕਹਿੰਦੇ ਸੀ ਵੀ ਜੇ ਕਿਸੇ ਲੋਟ ਟਕਾ ਹੋ ਜੇ ਵੀ ਜਥੇਬੰਦੀ ਦੀ ਬਦਨਾਮੀ ਹੁੰਦੀ ਹੈ, ਪਰ ਉਹਨਾਂ ਦੀ ਵੀ ਨੀ ਸੁਣੀ। ਬਾਕੀ ਤਿੰਨ ਜਥੇਬੰਦੀਆਂ ਦੂਜੀਆਂ ਸੀਗੀਆਂ, ਉਹਨਾਂ ਦੀ ਵੀ ਨੀ ਕੋਈ ਸੁਣਵਾਈ ਹੋਈ। ਉਹ ਵੀ ਵਿਚਾਰੇ ਸਾਰਾ ਦਿਨ ਉੱਥੇ ਬਹਿ ਕੇ ਮੁੜ ਗਏ ਥਾ ਧਰਮਸ਼ਾਲਾ ਤੇ, ਇਕੱਠ ਚ ਜਵਾਬ ਦੇਗਾ। ਪੰਚਾਇਤ ਵੀ ਆਈ, ਪੰਚਾਇਤ ਦੇ ਬੰਦੇ ਵੀ ਆਏ ਸੀਗੇ, ਉਹਨਾਂ ਦੀ ਵੀ ਨੀ ਕੋਈ ਸੁਣੀ ਗਈ। ਕਹਿੰਦਾ ਵੀ ਸਾਡਾ ਤਾਂ ਕੋਈ ਲੈਣ ਦੇਣ ਹੀ ਨੀ ਇਕੱਠ ਨਾਲ। ਆਹ ਹਾਲ ਹੋਇਆ ਪਿਆ ਡਕਾਉਂਦਾ ਯੂਨੀਅਨ ਦੇ ਪ੍ਰਧਾਨ ਦਾ। ਇਹ ਯੂਨੀਅਨ ਭਾਈ ਬੂਟਾ ਬੁਰਜ ਗਿੱਲ ਵਾਲੀ ਆ, ਦੇਖੋ ਵਾਹਣ ਕਿਹੜੇ ਲੋਟ ਤਲਾ ਵਾਂਗੂ ਭਰਿਆ ਪਿਆਗਾ। ਦੇਖੋ ਆਪਾਂ ਕਹਿੰਦੇ ਪਾਣੀ ਬਚਾਓ, ਵੱਡੀਆਂ ਵੱਡੀਆਂ ਸਟੇਟਮੈਂਟਾਂ ਦਿੰਦਾ ਜਾ ਕੇ, ਆਹ ਫਲਾਨੀ ਪਾਰਟੀ ਮਾੜੀ ਆ, ਫਲਾਨੀ ਮਾੜੀ। ਇਹਨੂੰ ਸ਼ਰਮ ਨੀ ਆਉਂਦੀ ਵੀ ਮੈਂ ਭਾਈਆਂ ਦਾ ਕੀ ਕਰੀ ਬੈਠਾ, ਭਾਈਆਂ ਦੀ ਤਿੰਨ ਜਣਿਆਂ ਦੀ ਵਾਦੀ ਦੱਬੀ ਬੈਠਾ ਇਹ, ਪੁੱਛੋ ਇਹਨੂੰ। ਆਹ ਹਾਲ ਹੋਇਆ ਪਿਆ ਦੇਖੋ। ਇਹ ਕਰਾ ਰਿਹਾ ਮਹਿੰਦਰ ਬਾਗਾ ਭੈਣੀ ਵਾਲਾ, ਉਹ ਕੁਛ ਕਰਾ ਰਿਹਾ। ਦੇਖੋ ਜਿਹੜਾ ਮੇਰਾ ਨਫਾ ਨੁਕਸਾਨ ਹੋ ਗਿਆ, ਇਹਦਾ ਰਾਜ ਸਿੰਘ ਅਕਲੀਆ ਜ਼ਿੰਮੇਵਾਰ ਹੈ। ਆਹ ਦੇਖੋ ਕੀ ਹਾਲ ਹੋਇਆ ਪਿਆਗਾ ਬਾਈ। ਮੀਡੀਆ ਵਾਲਿਆਂ ਨੂੰ ਬੇਨਤੀ ਹੈ ਵੀ ਪਹੁੰਚੋ, ਇੱਥੇ ਪਹੁੰਚ ਕੇ ਜਾਇਜ਼ਾ ਲਓ ਵੀ ਕੀ ਗੱਲ ਹੋਈ ਵੀ ਹੈ। ਧੰਨਵਾਦ ਬਾਈ।